ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਗੂ ਐਜੂਕੇਸ਼ਨ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਆਦਾਤਰ ਵਿਦਿਆਰਥੀਆਂ ਨੇ ਵਿਸ਼ਵ ਇਤਿਹਾਸ ਦੇ ਪ੍ਰਸ਼ਨਾਂ ਦੀ ਮੰਗ ਕੀਤੀ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਵਿਸ਼ਵ ਇਤਿਹਾਸ ਦੀਆਂ ਬਹੁਤ ਸਾਰੀਆਂ ਵੀਡੀਓ ਹੈ ਜਿਹੜੀਆਂ ਸਾਗੂ ਐਜੂਕੇਸ਼ਨ ਦੇ ਉੱਪਰ ਤੁਹਾਨੂੰ ਮਿਲ ਜਾਣਗੀਆਂ ਇਹਨਾਂ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਤੇ ਪਹਿਲੇ ਕਮੈਂਟ ਦੇ ਵਿੱਚ ਵੀ ਤੁਹਾਨੂੰ ਮਿਲ ਜਾਵੇਗਾ ਇਹਨਾਂ ਜਿਹੜੀਆਂ ਵੀਡੀਓ ਦੇ ਵਿੱਚ ਕੋਈ ਵੀ ਗੁੰਜਾਇਸ਼ ਨਹੀਂ ਛੱਡੀ ਗਈ ਕਿ ਇਹਨਾਂ ਤੋਂ ਬਾਹਰ ਕੋਈ ਪ੍ਰਸ਼ਨ ਆ ਜਾਵੇ ਪਹਿਲਾ ਵਿਸ਼ਵ ਜੁੱਧ ਦੂਜਾ ਵਿਸ਼ਵ ਜੁੱਧ ਪੁਨਰ ਜਾਗਰਣ ਅੱਜ ਆਪਾਂ ਕਰ ਰਹੇ ਹਾਂ ਫਰਾਂਸ ਦੀ ਕ੍ਰਾਂਤੀ ਇਹ ਵੀਡੀਓ ਤੁਸੀਂ ਦੋ ਵਾਰ ਚੰਗੀ ਤਰ੍ਹਾਂ ਦੇਖ ਲਵੋਗੇ ਤਾਂ ਪੇਪਰ ਦੇ ਵਿੱਚ ਕੋਈ ਵੀ ਸੁਭਾਵਨਾ ਨਹੀਂ ਕਿ ਇਹਨਾਂ ਤੋਂ ਬਾਅਦ ਕੋਈ ਪ੍ਰਸ਼ਨ ਆ ਜਾਵੇਗਾ ਜੇਕਰ ਕੋਈ ਪ੍ਰਸ਼ਨ ਆਵੇਗਾ ਉਹ ਇਸ ਤਰ੍ਹਾਂ ਦਾ ਆਵੇਗਾ ਤੁਹਾਡੀ ਜਾਣਕਾਰੀ ਵਾਲਾ ਜਿਹੜਾ ਅਸੀਂ ਮੌਕੇ ਤੇ ਆਪਣੀ ਸਮਝ ਦੇ ਮੁਤਾਬਕ ਕਰਨਾ ਹੁੰਦਾ ਜਿਵੇਂ ਮੰਨ ਲਓ ਤੁਸੀਂ ਚੀਨ ਦੀ ਕ੍ਰਾਂਤੀ ਨੂੰ ਪੜ੍ਹ ਲਿਆ ਪਰ ਪੁੱਛਣ ਵਾਲਾ ਕਈ ਵਾਰ ਇਸ ਤਰ੍ਹਾਂ ਪ੍ਰਸ਼ਨ ਪੁੱਛਦਾ ਕਿ ਜਦੋਂ ਚੀਨ ਦੇ ਵਿੱਚ ਸਮਾਜਵਾਦ ਦੀ ਕ੍ਰਾਂਤੀ ਆਈ ਉਸ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ ਠੀਕ ਹੈ ਪ੍ਰਧਾਨ ਮੰਤਰੀ ਵਾਲਾ ਸਾਡਾ ਸਬਜੈਕਟ ਅਲੱਗ ਹੈ ਇਸ ਨੂੰ ਅਸੀਂ ਉਹਦੇ ਵਿੱਚ ਨਹੀਂ ਪੜਿਆ ਹੁੰਦਾ ਇਸ ਤਰ੍ਹਾਂ ਦਾ ਪ੍ਰੈਸ਼ਨ ਲਈ ਤੁਹਾਡਾ ਮੌਕੇ ਤੇ ਹੀ ਦਿਮਾਗ ਕੰਮ ਕਰਦਾ ਹੋਣਾ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਹੈ ਫਰਾਂਸ ਦੀ ਕ੍ਰਾਂਤੀ ਕਦੋਂ ਹੋਈ 5 ਮਈ 1799 ਇਹ ਸਮਾਂ ਵੀ ਬਹੁਤ ਜਗ੍ਹਾ ਅਲੱਗ-ਅਲੱਗ ਮਿਲਦਾ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹੈ ਕੋਈ ਇੱਕ ਦਮ ਹੀ ਤਾਂ ਕ੍ਰਾਂਤੀ ਨਹੀਂ ਉੱਠੀ ਉਸ ਦਾ ਜਿਹੜਾ ਬਰੂਹ ਦਾ ਇਚੋ ਤੋਂ ਹੀ ਇਕੱਠਾ ਹੁੰਦਾ ਫਿਰ ਇੱਕ ਦਿਨ ਵਿਸਫੋਟ ਆ ਜਿਹੜਾ ਹੁੰਦਾ ਇਸ ਦੇ ਉੱਪਰ ਜ਼ਿਆਦਾ ਵਿਦਵਾਨ ਸਹਿਮਤਾ ਕਿ 5 ਮਈ 1799 ਠੀਕ ਹੈ ਇਹ ਯਾਦ ਰੱਖਣਾ ਸਨ ਹੀ ਪੁੱਛਿਆ ਜਾਂਦਾ ਜਾਂ ਕਈ ਵਾਰ ਮਈ ਲਿਖਿਆ ਵੀ ਆ ਸਕਦਾ 14 ਜੁਲਾਈ ਵਾਲਾ ਸਮਾਂ ਵੀ ਮਿਲਦਾ ਕਿ ਜਸਦਨ ਪੂਰੀ ਭੜਕ ਗਈ ਸੀ ਠੀਕ ਹੈ ਆਪਾਂ ਇਹਨਾਂ ਪ੍ਰਸ਼ਨਾਂ ਨੂੰ ਸਮਝਦੇ ਹੋਏ ਯਾਦ ਕਰਨਾ 5 ਮਈ 1799 ਤੋਂ ਲੈ ਕੇ 9 ਨਵੰਬਰ 1799 ਤੱਕ ਦਾ ਜਿਹੜਾ ਸਮਾਂ ਇਹ ਫਰਾਂਸ ਦੀ ਕ੍ਰਾਂਤੀ ਦਾ ਸਮਾਂ ਹੈ ਜਿਸ ਦੇ ਵਿੱਚ 10 ਸਾਲ 6 ਮਹੀਨੇ ਤੇ 4 ਦਿਨ ਆਉਂਦੇ ਆ ਬਿਲਕੁਲ ਸਹੀ ਹੈ ਯਾਦ ਰੱਖਣਾ 5 ਮਈ 1789 ਤੇ 9 ਨਵੰਬਰ 1799 10 ਸਾਲ 6 ਮਹੀਨੇ ਤੇ 4 ਦਿਨ ਸਾਡਾ ਅਗਲਾ ਪ੍ਰਸ਼ਨ ਹੈ ਜੇਕਰ ਵੀਡੀਓ ਦੇ ਵਿੱਚ ਅੱਖਰ ਦਿਖਾਈ ਨਹੀਂ ਦੇ ਰਹੇ ਤਾਂ ਤੁਹਾਡੀ ਜੋ ਵੀਡੀਓ ਆ ਉਹ ਪੂਰੀ ਕੁਆਲਿਟੀ ਦੇ ਵਿੱਚ ਨਹੀਂ ਚੱਲ ਰਹੀ ਤੁਸੀਂ ਆਪਣੀ ਜਿਹੜੀ ਵੀਡੀਓ ਆ ਉਸ ਦੀ ਕੁਆਲਿਟੀ ਵਧਾ ਲਿਆ ਕਰੋ ਉੱਪਰ ਇੱਕ ਆਪਸ਼ਨ ਆ ਰਿਹਾ ਹੁੰਦਾ ਠੀਕ ਹੈ ਤਿੰਨ ਡਾਟ ਆ ਰਹੇ ਹੁੰਦੇ ਆ ਠੀਕ ਹੈ ਬਿੰਦੀਆਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਕਲਿੱਕ ਕਰੋ نیچے ਆਏਗਾ ਕੁਆਲਿਟੀ ਕੁਆਲਿਟੀ ਜਿਹੜੀ ਤੁਸੀਂ ਆਪਣੀ ਵਧਾ ਸਕਦੇ ਹੋ ਫਿਰ ਤੁਹਾਡੀ ਜਿਹੜੀ ਵੀਡੀਓ ਆ ਸਾਫ਼ ਚੱਲੇਗੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਵਿੱਚ ਕਿਹੜਾ ਰਾਜ ਸੀ ਕ੍ਰਾਂਤੀ ਤੋਂ ਪਹਿਲਾਂ ਦੇਖਿਆ ਜਾਵੇ ਤਾਂ ਫਰਾਂਸ ਦੇ ਵਿੱਚ ਨਿਰਕੁਸ਼ ਰਾਜ ਸੀ ਜਿਸ ਨੂੰ ਕਿਹਾ ਜਾਂਦਾ ਸੰਮਤ ਰਾਜ ਮਤਲਬ ਰਾਜਾ ਰਾਜੇ ਦੀ ਮਰਜ਼ੀ ਹੀ ਚਲਦੀ ਸੀ ਨਿਰਕੁਸ਼ ਰਾਜਤੰਤਰ ਸੀ ਠੀਕ ਆ ਵੀ ਅੱਗੇ ਹੈ ਮੈਂ ਹੀ ਰਾਜ ਹਾਂ ਕਿਸਦਾ ਕਥਨ ਸੀ ਇਹ ਸੀ ਲੁਈ 14ਵਾਂ ਉਹ ਕਹਿੰਦਾ ਸੀ ਕਿ ਮੈਂ ਹੀ ਰਾਜ ਹਾਂ ਮੈਂ ਹੀ ਸਭ ਕੁਝ ਇਹ ਲੁਈ 14ਵੇਂ ਨੇ ਕਿਹਾ ਸੀ ਇਹਨਾਂ ਦੇ ਅਜਿਹੇ ਬਿਆਨਾਂ ਕਰਕੇ ਹੀ ਫਿਰ ਲੋਕ ਸੀ ਜਿਹੜੇ ਅੱਕ ਗਏ ਸੀ ਪਰੇਸ਼ਾਨ ਹੋ ਗਏ ਸੀ ਠੀਕ ਹੈ ਉਹਨਾਂ ਨੂੰ ਪਰੇਸ਼ਾਨ ਤੰਗ ਕੀਤਾ ਜਾਂਦਾ ਸੀ ਕਰ ਲਿਆ ਜਾਂਦਾ ਸੀ ਫਰਾਂਸ ਦੀ ਕ੍ਰਾਂਤੀ ਅਗਲਾ ਪ੍ਰਸ਼ਨ ਦੇਖੋ ਉੱਪਰ ਫਰਾਂਸ ਦੀ ਕ੍ਰਾਂਤੀ ਕਿਸ ਦੇ ਸ਼ਾਸਨ ਕਾਲ ਵਿੱਚ ਹੋਈ ਇਹ ਹੋਈ ਲੁਈਸ 16ਵੇਂ ਇਹ ਯਾਦ ਰੱਖਣਾ ਇਸ ਤਰ੍ਹਾਂ ਦੇ ਪ੍ਰਸ਼ਨ ਹੀ ਪੁੱਛੇ ਜਾਂਦੇ ਆ ਬੜੇ ਸਿੱਧੇ ਸਾਦੇ ਤੇ ਸਧਾਰਨ ਜਿਹੇ ਪ੍ਰਸ਼ਨ ਆਉਣਗੇ ਵਿਸ਼ਵ ਦੇ ਇਤਿਹਾਸ ਦੇ ਨਾਲ ਘਟਨਾਵਾਂ ਅੱਗੇ ਜਾ ਕੇ ਨਹੀਂ ਪੁੱਛੀਆਂ ਜਾਣਗੀਆਂ ਉਹ ਪੁੱਛੀਆਂ ਜਾਂਦੀਆਂ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਜਿਆਦਾ ਕਿਹੜੀ ਲੜਾਈ ਕਦੋਂ ਹੋਈ ਕਿਸ ਤਰ੍ਹਾਂ ਹੋਈ ਠੀਕ ਹੈ ਇਹ ਯਾਦ ਰੱਖਣਾ ਲੂਈ 16ਵੇਂ ਦੇ ਸ਼ਾਸਨ ਕਾਲ ਵਿੱਚ ਹੋਇਆ ਫਰਾਂਸ ਦੀ ਕ੍ਰਾਂਤੀ ਹੋਈ ਇਸ ਵੀਡੀਓ ਦੇ ਵਿੱਚ ਆਪਾਂ ਯਾਦ ਕਰਦੇ ਹੋਏ ਹੀ ਚੱਲਾਂਗੇ ਠੀਕ ਹੈ ਅਗਲਾ ਪ੍ਰਸ਼ਨ ਯਾਦ ਰੱਖਣਾ ਫਰਾਂਸ ਦੀ ਕ੍ਰਾਂਤੀ ਸਮੇਂ ਕਿਸ ਪ੍ਰਕਾਰ ਦੀ ਸ਼ਾਸਨ ਵਿਵਸਥਾ ਸੀ ਆਪਾਂ ਉੱਪਰ ਜੋ ਕਰਕੇ ਆਇਆ ਨਿਰਕੁਸ਼ ਰਾਜਤੰਤਰ ਉਹੀ ਇਹ ਪ੍ਰਸ਼ਨ ਇਸ ਦਾ ਉੱਤਰ ਸੰਮਤ ਸੰਮਤੀ ਵਿਵਸਥਾ ਵੀ ਹੋ ਸਕਦਾ ਹੈ ਆਪਸ਼ਨਾਂ ਦੇ ਵਿੱਚ ਕੋਈ ਵੀ ਹੋ ਸਕਦੀ ਹੈ ਠੀਕ ਹੈ ਅੱਗੇ ਹੈ ਕਿਹੜਾ ਦਿਨ ਫਰਾਂਸ ਵਿੱਚ ਰਾਸ਼ਟਰੀ ਦਿਹਾੜੇ ਦੇ ਰੂਪ ਵਿੱਚ ਮਨਾਇਆ ਗਿਆ ਸੀ 14 ਜੁਲਾਈ ਨੂੰ ਮਨਾਇਆ ਗਿਆ ਸੀ 1799 ਦੇ ਵਿੱਚ ਕੀ ਹੋਇਆ ਸੀ ਜੋ ਕਿਲਾ ਸੀ ਬਾਸteil ਬਾਸteil ਕਾਰਾਗਾਸ ਜਿੱਥੇ ਜੇਲ੍ਹ ਸੀ ਉਸ ਨੂੰ ਤੋੜ ਕੇ ਕੈਦੀਆਂ ਨੂੰ ਰਿਹਾ ਕਰਵਾ ਲਿਆ ਸੀ ਲੋਕਾਂ ਨੇ ਠੀਕ ਹੈ ਇੱਥੇ ਫਿਰ ਲੋਕਾਂ ਨੇ ਲੋਕਾਂ ਦੇ ਘਰਾਂ ਵਿੱਚੋਂ ਹਥਿਆਰ ਵੀ ਖੋਣੇ ਸ਼ੁਰੂ ਕਰ ਦਿੱਤੇ ਸੀ ਹਥਿਆਰ ਵੀ ਉਹਨਾਂ ਨੇ ਘਰਾਂ ਚੋਂ ਲੈ ਕੇ ਤੇ ਕ੍ਰਾਂਤੀ ਦਾ ਜਿਹੜਾ ਵਿਗਲਾ ਵਜਾ ਦਿੱਤਾ ਸੀ ਜਿਵੇਂ ਆਪਣੇ ਘਟਨਾਵਾਂ ਹੋਈਆਂ ਠੀਕ ਹੈ 1857 ਵਾਲਾ ਵਿਦਰੋਹ ਹੋਇਆ ਇਹ ਅਲੱਗ ਵਿਦਰੋਹ ਸੀ ਇਹ ਜਿਹੜੇ ਲੋਕ ਸੀ ਠੀਕ ਹੈ ਇਹਨਾਂ ਲੋਕਾਂ ਨੇ ਫਿਰ ਪੂਰਾ ਇੱਕ ਜੁੱਟ ਹੋ ਕੇ ਜਿਹੜਾ ਕ੍ਰਾਂਤੀ ਲੈ ਕੇ ਆਂਦੀ ਆ ਅੱਗੇ ਦੇਖੋ ਫਰਾਂਸ ਦੀ ਕ੍ਰਾਂਤੀ ਦੀ ਦੇਣ ਹੈ ਫਰਾਂਸੀ ਕ੍ਰਾਂਤੀ ਨੇ ਦੁਨੀਆ ਨੂੰ ਕੀ ਦਿੱਤਾ ਦੁਨੀਆ ਨੂੰ ਕੀ ਮਿਲਿਆ ਇਹ ਮਿਲੀਆਂ ਸਾਨੂੰ ਤਿੰਨ ਚੀਜ਼ਾਂ ਸਮਾਨਤਾ ਸਵਤੰਤਰਤਾ ਭਾਈਚਾਰਾ ਭਾਈਚਾਰੇ ਦੀ ਜਗ੍ਹਾ ਬੰਧੂਤਾ ਵੀ ਲਿਖਿਆ ਹੋ ਸਕਦਾ ਹੈ ਫਰਾਂਸ ਦੀ ਕ੍ਰਾਂਤੀ ਨੇ ਹੀ ਦਿੱਤਾ ਪੂਰੀ ਦੁਨੀਆ ਨੂੰ ਇਸ ਤੋਂ ਪਹਿਲਾਂ ਇਹ ਚੀਜ਼ਾਂ ਨਹੀਂ ਸੀ ਸਮਾਨਤਾ ਦਿੱਤੀ ਸਾਡੇ ਅੱਜ ਸਮਾਨਤਾ ਚਾਹੀਏ ਹੈ ਠੀਕ ਹੈ ਪਰ ਸਾਡੇ ਸੰਵਿਧਾਨ ਦੇ ਵਿੱਚ ਸਮਾਨਤਾ ਜਿਹੜੀ ਸਾਨੂੰ ਦਿੱਤੀ ਗਈ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਵੀ ਫਰਕ ਆ ਜਿਹੜੇ ਕੀਤੇ ਜਾਂਦੇ ਆ ਸੁਤੰਤਰਤਾ ਭਾਈਚਾਰਾ ਜਿਸ ਨੂੰ ਬੰਧੂਤਾ ਵੀ ਲਿਖਿਆ ਜਾਂਦਾ ਇਹ ਵੀ ਸਾਨੂੰ ਫਰਾਂਸ ਦੀ ਕ੍ਰਾਂਤੀ ਨੇ ਦਿੱਤਾ ਅੱਗੇ ਹੈ ਵਰਸਾਈ ਦੇ ਸ਼ੀਸ਼ ਮਹਿਲ ਦਾ ਨਿਰਮਾਣ ਕਿਸ ਨੇ ਕਰਵਾਇਆ ਲੁਈ 14ਵੇਂ ਨੇ ਕਰਵਾਇਆ ਸੀ ਵਰਸਾਈ ਦੇ ਵਿੱਚ ਸ਼ੀਸ਼ ਮਹਿਲ ਆ ਜਿਹੜਾ ਬਣਵਾਇਆ ਸੀ ਆਪਣੇ ਮੈਂ ਅੱਗੇ ਕੈਸ ਨੇ ਵਰਸਾਈ ਨੂੰ ਫਰਾਂਸ ਦੀ ਰਾਜਧਾਨੀ ਘੋਸ਼ਿਤ ਕੀਤਾ ਲੁਈ 14ਵੇਂ ਨੇ ਜਿਹੜਾ ਵਰਸਾਈ ਸੀ ਉਸ ਨੂੰ ਫਰਾਂਸ ਦੀ ਰਾਜਧਾਨੀ ਬਣਾ ਦਿੱਤਾ ਸੀ ਅੱਗੇ ਹੈ ਲੁਈ 16ਵੇਂ ਦਾ ਫਰਾਂਸ ਦੀ ਗੱਦੀ ਤੇ ਕਦੋਂ ਬੈਠਿਆ ਸੀ ਲੁਈ 16ਵਾਂ ਇਹ ਯਾਦ ਰੱਖਣਾ ਇਹਦੇ ਆਉਣ ਨਾਲ ਫਿਰ ਜਿਹੜਾ ਲੋਕ ਹੋਰ ਜ਼ਿਆਦਾ ਦੁਖੀ ਹੋ ਗਏ ਸੀ ਜਿਵੇਂ ਆਪਾਂ ਹੁਣ ਸਾਊਥ ਕੋਰੀਆ ਵਾਲਾ ਦੇਖ ਰਹੇ ਹਾਂ ਠੀਕ ਹੈ ਉੱਥੇ ਤਾਨਾਸ਼ਾਹ ਇਹ ਵਾਲੇ ਹਾਲਾਤ ਫਰਾਂਸ ਦੇ ਵਿੱਚ 1774 ਦੇ ਵਿੱਚ ਹੋਰ ਜ਼ਿਆਦਾ ਗੰਭੀਰ ਹੋ ਗਏ ਸੀ ਲੁਈਸ 16ਵਾਂ ਜਿਹੜਾ 1774 ਦੇ ਵਿੱਚ ਬੈਠਾ ਸੀ ਗੱਦੀ ਦੇ ਉੱਪਰ ਅੱਗੇ ਹੈ ਲੁਈਸ 16ਵਾਂ ਦੀ ਪਤਨੀ ਮੈਰੀ ਇੰਤਵਾ ਇੰਤਿਆ ਵੀ ਲਿਖਿਆ ਹੋ ਸਕਦਾ ਹੈ ਇਸ ਦਾ ਜਿਹੜਾ ਅੰਗਰੇਜ਼ੀ ਚ ਨਾਮ ਹੈ ਠੀਕ ਹੈ ਉਹਨੂੰ ਪੰਜਾਬੀ ਵਿੱਚ ਕੋਈ ਤੇ ਕਿਵੇਂ ਲਿਖਿਆ ਕਿਤੇ ਕਿਵੇਂ ਲਿਖਿਆ ਮੈਰੀ ਇੰਤਵਾ ਨੇਤਾ ਕਿੱਥੋਂ ਦੀ ਰਾਜਕੁਮਾਰੀ ਸੀ ਉਹ ਆਸਟਰੀਆ ਦੀ ਰਾਜਕੁਮਾਰੀ ਸੀ ਯਾਦ ਰੱਖਣਾ ਆਸਟ੍ਰੇਲੀਆ ਤੇ ਆਸਟਰੀਆ ਦੇ ਵਿੱਚ ਫਰਕ ਹੈ ਤੁਸੀਂ ਜਾਣਦੇ ਹੋ ਆਸਟਰੀਆ ਦੀ ਰਾਜਕੁਮਾਰੀ ਸੀ ਇਸ ਦਾ ਵੀ ਕਾਫੀ ਵੱਡਾ ਯੋਗਦਾਨ ਸੀ ਇੱਕ ਇੱਕ ਬਹੁਤ ਹੀ ਜ਼ਿਆਦਾ ਫਜ਼ੂਲ ਖਰਚੀ ਕਰਨ ਵਾਲੀ ਔਰਤ ਸੀ ਲੋਕ ਜਦੋਂ ਰੋਟੀ ਵੱਲੋਂ ਭੁੱਖੇ ਮਰ ਰਹੇ ਸੀ ਤਾਂ ਇਸ ਨੇ ਕਿਹਾ ਸੀ ਰੋਟੀ ਵਾਸਤੇ ਕਿਉਂ ਮਰੀ ਜਾਂਦੇ ਐ ਕੇਕ ਕਿਉਂ ਨਹੀਂ ਖਾਂਦੇ ਠੀਕ ਹੈ ਮਤਲਬ ਕੋਈ ਵੀ ਨੌਲਜੀ ਹੈ ਨਹੀਂ ਸੀ ਇੰਨਾ ਇਸ ਨੂੰ ਕਮੰਡ ਸੀ ਠੀਕ ਹੈ ਇੰਨਾ ਇਨਾ ਇਸ ਨੇ ਜਾਨੀ ਕਿ ਫਜ਼ੂਲ ਖਰਚੀ ਇਹ ਔਰਤ ਕਰਦੀ ਸੀ ਲੋਕਾਂ ਲੋਕ ਬ੍ਰੈਡ ਦੇ ਲਈ ਤਰਸ ਰਹੇ ਸੀ ਤੇ ਇਹ ਕਹਿੰਦੀ ਇਹ ਬ੍ਰੈਡ ਨੂੰ ਕਿਉਂ ਤਰਸਦੇ ਆ ਇਸ ਤਰ੍ਹਾਂ ਭੁੱਖੇ ਬੰਗੂ ਪੈਂਦੀ ਆ ਬ੍ਰੈਡ ਨੂੰ ਇਹ ਕੇਕ ਕਿਉਂ ਨਹੀਂ ਖਾਂਦੇ ਠੀਕ ਹੈ ਇਸ ਦਾ ਨਾਮ ਵੀ ਯਾਦ ਰੱਖਣਾ ਲੂਈ 16ਵਾਂ ਦੀ ਪਤਨੀ ਮੇਰੀ ਇੰਤਵਾ ਅੱਗੇ ਹੈ ਲੂਈ 16ਵਾਂ ਨੂੰ ਕਿਸ ਅਪਰਾਧ ਵਿੱਚ ਫਿਰ ਫਾਂਸੀ ਦੇ ਦਿੱਤੀ ਗਈ ਸੀ ਦੇਸ਼ ਧਰੋਹ ਕਰਨ ਦੇ ਮਾਮਲੇ ਦੇ ਵਿੱਚ ਅੱਗੇ ਹੈ ਟੈਲੇ ਕੀ ਸੀ ਇਹ ਭੂਮੀਕਰ ਸੀ ਟੈਲੇ ਯਾਦ ਰੱਖਣਾ ਫਰਾਂਸ ਦੇ ਵਿੱਚ ਦਿੱਤਾ ਜਾਂਦਾ ਸੀ ਲਗਭਗ 90% ਲੋਕ ਉਥੇ ਕਿਸਾਨ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਕਰ ਲਿਆ ਜਾਂਦਾ ਸੀ ਜਿਹੜੇ ਉੱਪਰ ਕੁਲੀਨ ਵਰਗ ਵਾਲੇ ਜਾਂ ਚਰਚ ਨਾਲ ਸੰਬੰਧ ਸੀ ਉਹਨਾਂ ਤੋਂ ਕੋਈ ਟੈਕਸ ਵੀ ਨਹੀਂ ਲਿਆ ਜਾਂਦਾ ਸੀ ਉਹ ਐਸ਼ ਕਰਦੇ ਸੀ ਅੱਗੇ ਹੈ ਫਰਾਂਸ ਇਨਸੀਟੈਲੇ ਯਾਦ ਰੱਖਣਾ ਭੂਮੀਕਰ ਸੀ ਅੱਗੇ ਹੈ ਫਰਾਂਸੀਸੀ ਕ੍ਰਾਂਤੀ ਵਿੱਚ ਸਭ ਤੋਂ ਵੱਡਾ ਯੋਗਦਾਨ ਸੀ ਵਾਲਟੇਅਰ ਜਿਸ ਨੂੰ ਵਾਲਟੇਅਰ ਵੀ ਲਿਖਿਆ ਹੁੰਦਾ ਹੈ ਟੈਂਕੇ ਦੀ ਜਗ੍ਹਾ ਤੱਤਾ ਵੀ ਪਾਇਆ ਹੁੰਦਾ ਵਨ ਟੈਂਸਿਓ ਠੀਕ ਹੈ ਤੇ ਰੂਸੋ ਇਹਨਾਂ ਤਿੰਨ ਬੰਦਿਆਂ ਦੇ ਵਿਚਾਰਾਂ ਨੇ ਇਹਨਾਂ ਦੀਆਂ ਕਿਤਾਬਾਂ ਨੇ ਫਰਾਂਸ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕੀਤਾ ਇਹਨਾਂ ਤੋਂ ਬਿਨਾ ਕ੍ਰਾਂਤੀ ਜਿਹੜੀ ਹੋਈ ਹੀ ਨਹੀਂ ਸਕਦੀ ਸੀ ਰੂਸੋ ਬਾਰੇ ਵੀ ਨਪੋਲੀਅਨ ਨੇ ਕਿਹਾ ਕਿ ਜੇਕਰ ਕੋਈ ਕ੍ਰਾਂਤੀ ਆਈ ਹੈ ਨਾ ਫਰਾਂਸ ਦੇ ਵਿੱਚ ਤਾਂ ਇਸ ਨੂੰ ਲਿਆਉਣ ਵਾਲਾ ਸਿਰਫ ਤੇ ਸਿਰਫ ਕੌਣ ਹੈ ਰੂਸੋ ਹੈ ਜਿਸ ਨੂੰ ਪੂਰਾ ਨਾਮ ਕੀ ਹੈ ਰੂਸੋ ਦਾ ਪੁੱਛਿਆ ਜਾ ਸਕਦਾ ਆਪਾਂ ਕਰਾਂਗੇ ਅੱਗੇ ਜਾ ਕੇ ਅੱਗੇ ਹੈ ਰੂਸੋ ਕਿਸਾ ਸ਼ਾਸਨ ਪ੍ਰਣਾਲੀ ਦਾ ਸਮਰਥਕ ਸੀ ਪ੍ਰਜਾਤੰਤਰ ਲੋਕਤੰਤਰ ਡੈਮੋਕ੍ਰੇਸੀ ਦੇ ਹੱਕ ਵਿੱਚ ਸੀ ਰਾਜਤੰਤਰਵਾਦ ਨੇ ਵਿਰੋਧ ਕੀਤਾ ਸੀ ਰਾਜਿਆਂ ਦੀਆਂ ਅਸੀਮ ਸ਼ਕਤੀਆਂ ਦਾ ਅੱਗੇ ਹੈ ਮੈਂ 100 ਚੂਹਿਆਂ ਨਾਲੋਂ ਇੱਕ ਸ਼ੇਰ ਦਾ ਸ਼ਾਸਨ ਚੰਗਾ ਹੈ ਇਹ ਕਿਸ ਨੇ ਕਿਹਾ ਸੀ 100 ਚੂਹਿਆਂ ਨਾਲੋਂ ਇੱਕ ਸ਼ੇਰ ਦਾ ਸ਼ਾਸਨ ਚੰਗਾ ਹੁੰਦਾ ਹੈ ਵਾਲਟੇਅਰ ਨੇ ਕਿਹਾ ਸੀ ਇਹ ਉਸਦੇ ਸ਼ਬਦ ਅੱਗੇ ਯਾਦ ਰੱਖੋ ਅਲਟੇਅਰ ਨੇ ਵਿਰੋਧ ਕੀਤਾ ਵਾਲਟੇਅਰ ਵਾਲਟੇਅਰ ਨੇ ਵਿਰੋਧ ਕੀਤਾ ਸੀ ਚਰਚ ਦਾ ਵਿਰੋਧ ਕੀਤਾ ਸੀ ਅੱਗੇ ਹੈ ਸੋਸ਼ਲ ਕੰਟਰੈਕਟ ਸਮਾਜਿਕ ਸਮਝੌਤਾ ਕਿਸ ਦੀ ਰਚਨਾ ਹੈ ਇਹ ਕਿਤਾਬ ਤੁਹਾਡੇ ਯਾਦ ਆ ਬਹੁਤ ਵਾਰ ਪੇਪਰਾਂ ਵਿੱਚ ਪੁੱਛੀ ਗਈ ਆ ਰੂਸੋ ਠੀਕ ਹੈ ਰੂਸੋ ਦੀ ਕਿਤਾਬ ਆ ਇਹ ਅੱਗੇ ਹੈ ਲਾਟਰਸ ਔਨ ਇੰਗਲਿਸ਼ ਲੈਟਰਸ ਠੀਕ ਹੈ ਇਹ ਲੈਟਰਸ ਔਨ ਇੰਗਲਿਸ਼ ਕਿਸ ਦੀ ਰਚਨਾ ਹੈ ਵਾਲਟੇਅਰ ਦੀ ਰਚਨਾ ਇਹ ਯਾਦ ਰੱਖਣਾ ਠੀਕ ਹੈ ਅੱਗੇ ਹੈ ਕਾਨੂੰਨ ਦੀ ਆਤਮਾ ਕਿਤਾਬ ਦੀ ਰਚਨਾ ਕੀਤੀ ਮੰਟੈਸਿਓ ਇਹਨਾਂ ਦੇ ਨਾਮ ਥੋੜੇ ਬਹੁਤ ਫਰਕ ਨਾਲ ਸਸੇ ਨਾਲ ਜਈਏ ਨਾਲ ਇਸ ਤਰ੍ਹਾਂ ਵੀ ਲਿਖੇ ਹੋ ਸਕਦੇ ਆ ਠੀਕ ਹੈ ਮੰਮੇ ਦਲਾਵਾ ਵੀ ਪਾਇਆ ਹੋ ਸਕਦਾ ਮੈਂਟੈਂਸਿਓ ਦੀ ਕਿਤਾਬ ਸੀ ਕਾਨੂੰਨ ਦੀ ਆਤਮਾ ਨਾਪ ਤੋਲ ਦੀ ਦਸ਼ਮਲਵ ਇਕਾਈ ਕਿਸ ਦੀ ਦੇਨ ਹੈ ਫਰਾਂਸ ਦੀ ਦੇਨ ਆ ਜਿਹੜਾ ਦਸ਼ਮਲਵ ਆਪਾਂ ਵਰਤਦੇ ਆ ਨਾਪ ਤੋਲ ਦੇ ਵਿੱਚ ਪੁਆਇੰਟ ਠੀਕ ਹੈ ਲਾਉਣਿਆ ਦਸ਼ਮਲਵ ਫਰਾਂਸ ਦੀ ਦੇਨ ਹੈ ਅੱਗੇ ਹੈ ਸਟੇਟਸ ਜਨਰਲ ਦੇ ਅਦਿਵੇਸ਼ਣ ਦੀ ਸ਼ੁਰੂਆਤ ਕਦੋਂ ਹੋਈ 5 ਮਈ 1799 ਤੋਂ ਹੋਈ ਠੀਕ ਹੈ ਜਿੱਥੋਂ ਕ੍ਰਾਂਤੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਸਟੇਟਸ ਜਨਰਲ ਦੇ ਅਦਿਵੇਸ਼ਨ ਦੀ ਅੱਗੇ ਹੈ ਨਪੋਲੀਅਨ ਦਾ ਜਨਮ ਕਿੱਥੇ ਹੋਇਆ ਕੋਰਸਿਕ ਦੀਪ ਦੀ ਰਾਜਧਾਨੀ ਅਜਾਸਿਓ ਵਿੱਚ ਹੋਇਆ ਨਪੋਲੀਅਨ ਦਾ ਜਨਮ ਯਾਦ ਰੱਖਣਾ ਨਪੋਲੀਅਨ ਦਾ ਬਹੁਤ ਵੱਡਾ ਨਾਮ ਹੈ ਵਿਸ਼ਵ ਇਤਿਹਾਸ ਦੇ ਵਿੱਚ ਹਿਟਲਰ ਦੀ ਤਰ੍ਹਾਂ ਜਿਵੇਂ ਹੋਰ ਆ ਜਾਂਦੇ ਆ ਲੈਲਨ ਆ ਜਾਂਦੇ ਆ ਰੂਸੋ ਆ ਜਾਂਦਾ ਨਪੋਲੀਅਨ ਦਾ ਜਨਮ ਹੋਇਆ ਸੀ ਕੋਰਸਿਕ ਦੀਪ ਦੀ ਰਾਜਧਾਨੀ ਅਜਾਸਿਓ ਨੇਪੋਲੀਅਨ ਦੇ ਪਿਤਾ ਦਾ ਕੀ ਨਾਮ ਸੀ کارਲੇ ਬੋਨਾਪਾਰਟ کارਲੇ ਬੋਨਾਪਾਰਟ ਯਾਦ ਰੱਖਣਾ ਨੇਪੋਲੀਅਨ ਦੇ ਪਿਤਾ ਦਾ ਨਾਮ ਸੀ ਨੇਪੋਲੀਅਨ ਨੇ ਸੈਨਿਕ ਟ੍ਰੇਨਿੰਗ ਕਿਤੋਂ ਲਈ ਸੀ ਬ੍ਰਿਟੇਨ ਦੀ ਸੈਨਿਕ ਅਕੈਡਮੀ ਤੋਂ ਜਿਹੜੀ ਇਹ ਟ੍ਰੇਨਿੰਗ ਲਈ ਸੀ ਅੱਗੇ ਹੈ ਨੇਪੋਲੀਅਨ ਇਟਲੀ ਵਿੱਚ ਆਸਟਰੀਆ ਦੇ ਪ੍ਰਮੁੱਖ ਨੂੰ ਕਦੋਂ ਸਮਾਪਤ ਕੀਤਾ ਨੇਪੋਲੀਅਨ ਨੇ ਇਟਲੀ ਵਿੱਚ ਜੋ ਆਸਟਰੀਆ ਦੇ ਪ੍ਰਮੁੱਖ ਸੀ ਉਸ ਨੂੰ ਸਮਾਪਤ ਕਰ ਦਿੱਤਾ ਸੀ ਠੀਕ ਹੈ 1796 ਦੇ ਵਿੱਚ ਅੱਗੇ ਹੈ ਨਪੋਲੀਅਨ ਪਹਿਲੀ ਵਾਰ ਕੌਂਸਲ ਜਾਂ ਕਾਉਂਸਲਰ ਕਦੋਂ ਬਣਿਆ 1799 ਦੇ ਵਿੱਚ ਬਣਿਆ ਇਹ ਯਾਦ ਰੱਖਣਾ ਨਪੋਲੀਅਨ ਦੇ ਨਾਲ ਸੰਬੰਧਿਤ ਸਮਾਂ 1799 ਦੇ ਜਦੋਂ ਪਹਿਲੀ ਵਾਰ ਕੌਂਸਲ ਬਣਿਆ ਸੀ ਅੱਗੇ ਹੈ ਫਰਾਂਸ ਵਿੱਚ ਡਾਇਰੈਕਟਰੀ ਦਾ ਸ਼ਾਸਨ ਕਦੋਂ ਸਮਾਪਤ ਹੋਇਆ ਫਰਾਂਸ ਦੇ ਵਿੱਚ ਉਹ ਜਦੋਂ 1799 ਦੇ ਉੱਪਰ ਪ੍ਰੇਸ਼ ਨਪੋਲੀਅਨ ਬਣਿਆ ਉਸੇ ਸਮੇਂ ਦੇ ਵਿੱਚ ਡਾਇਰੈਕਟਰੀ ਦਾ ਜਿਹੜਾ ਸ਼ਾਸਨ ਆ ਫਰਾਂਸ ਦੇ ਵਿੱਚ ਖਤਮ ਹੋ ਗਿਆ ਸੀ 1799 ਦੇ ਵਿੱਚ ਅੱਗੇ ਆ ਜੀਵਨ ਭਰ ਦੇ ਲਈ ਨਪੋਲੀਅਨ ਕੌਂਸਲ ਕਦੋਂ ਬਣਿਆ ਕੌਂਸਲਰ ਬਣਿਆ 1802 ਦੇ ਵਿੱਚ ਜੀਵਨ ਭਰ ਦੇ ਲਈ ਠੀਕ ਆ 1802 ਦੇ ਵਿੱਚ ਦੋਨੇ ਪ੍ਰਸ਼ਨ ਅਲੱਗ-ਅਲੱਗ ਆ ਨਪੋਲੀਅਨ ਫਰਾਂਸ ਦਾ ਸਮਰਾਟ ਕਦੋਂ ਬਣਿਆ 1804 ਦੇ ਵਿੱਚ ਫਰਾਂਸ ਦਾ ਸਮਰਾਟ ਬਣਿਆ ਇਹ ਪ੍ਰਸ਼ਨ ਹੀ ਹੈ ਜਿਹੜਾ ਜ਼ਿਆਦਾ ਪੁੱਛਿਆ ਜਾਂਦਾ 1804 ਦੇ ਵਿੱਚ ਫਰਾਂਸ ਦਾ ਕਿੰਗ ਬਣਿਆ ਸਮਰਾਟ ਬਣਿਆ ਆਧੁਨਿਕ ਫਰਾਂਸ ਦਾ ਨਿਰਮਾਤਾ ਕਿਸ ਨੂੰ ਮੰਨਿਆ ਜਾਂਦਾ ਹੈ ਨਪੋਲੀਅਨ ਨੂੰ ਕਿਹਾ ਜਾਂਦਾ ਹੈ ਆਧੁਨਿਕ ਫਰਾਂਸ ਦਾ ਨਰਮਾਤਾ ਇਹ ਪ੍ਰਸ਼ਨ ਵੀ ਯਾਦ ਰੱਖਣਾ ਇੰਗਲੈਂਡ ਨੂੰ ਬਣੀਆਂ ਦਾ ਦੇਸ਼ ਕਿਸ ਨੇ ਕਿਹਾ ਇਹ ਕਿਹਾ ਸੀ ਨਪੋਲੀਅਨ ਨੇ ਇੰਗਲੈਂਡ ਨੂੰ ਕਿਹਾ ਸੀ ਠੀਕ ਹੈ ਅੱਗੇ ਹੈ ਨਪੋਲੀਅਨ ਤੇ ਇੰਗਲੈਂਡ ਦੇ ਵਿੱਚ ਕਿਹੜਾ ਯੁੱਧ ਹੋਇਆ ਸਟ੍ਰਾਲਫਕਗਰ ਠੀਕ ਹੈ ਇਹ ਜਿਹੜਾ ਯੁੱਧ ਹੈ ਨਪੋਲੀਅਨ ਤੇ ਇੰਗਲੈਂਡ ਵਿੱਚ ਹੋਇਆ ਸਟ੍ਰਾਲਫਕਗਰ ਸਟ੍ਰਾਲਫਕਗਰ ਯਾਦ ਰੱਖਣਾ 1805 ਦੇ ਵਿੱਚ ਹੋਇਆ ਸੀ ਠੀਕ ਹੈ ਇੰਗਲੈਂਡ ਤੇ ਨਪੋਲੀਅਨ ਦੇ ਵਿਚਕਾਰ ਬੈਂਕ ਆਫ ਫਰਾਂਸ ਦੀ ਸ਼ੁਰੂਆਤ ਕਿਸ ਨੇ ਕੀਤੀ ਨਪੋਲੀਅਨ ਨੇ ਕੀਤੀ ਸੀ ਬੈਂਕ ਆਫ ਫਰਾਂਸ ਦੀ ਸ਼ੁਰੂਆਤ ਨਪੋਲੀਅਨ ਕੋਡ ਕੀ ਸੀ ਠੀਕ ਹੈ ਨਪੋਲੀਅਨ ਕੋਡ ਸੀ ਨਪੋਲੀਅਨ ਦੁਆਰਾ ਬਣਾਏ ਗਏ ਕਾਨੂੰਨਾਂ ਦਾ ਸੰਗ੍ਰਹਿ ਜਿਸ ਨੂੰ ਕਿਹਾ ਜਾਂਦਾ ਨਪੋਲੀਅਨ ਕੋਡ ਨਪੋਲੀਅਨ ਨੂੰ ਕਿਸ ਜਗ੍ਹਾ ਬੰਦੀ ਬਣਾ ਕੇ ਰੱਖਿਆ ਗਿਆ ਸੀ ਐਲਬਾਟਾਪੂ ਤੇ ਅਗਲਾ ਪ੍ਰਸ਼ਨ ਆ आईएमपी ਉਪਰਲਾਪ ਰਚਨ ਸੀ ਨਪੋਲੀਅਨ ਕੋਡ ਕੀ ਸੀ ਨਪੋਲੀਅਨ ਦੁਆਰਾ ਬਣਾਏ ਗਏ ਕਾਨੂੰਨਾਂ ਦਾ ਸੰਗ੍ਰਹਿ ਸੀ ਨਪੋਲੀਅਨ ਨੂੰ ਕਿਸ ਜਗ੍ਹਾ ਬੰਦੀ ਬਣਾਇਆ ਗਿਆ ਐਲਬਾਟਾਪੂਤੇ ਨਪੋਲੀਅਨ ਨੂੰ ਵਾਟਰਲੂ ਯੁੱਧ ਜੋ 18 ਜੂਨ 1815 ਵਿੱਚ ਹੋਇਆ ਕਿਸ ਨੇ ਹਰਾਇਆ ਸੀ ਜਿਹੜੇ ਮਿੱਤਰ ਦੇਸ਼ ਸੀ ਨਾ ਮਿੱਤਰ ਦੇਸ਼ਾਂ ਨੇ ਮਿਲ ਕੇ ਨਪੋਲੀਅਨ ਨੂੰ ਹਰਾਇਆ ਸੀ 1815 ਦੇ ਵਿੱਚ 18 ਜੂਨ ਇਹ ਯਾਦ ਰੱਖਣਾ ਸਮਾਂ ਇਹ ਜਾਦਾ ਜ਼ਰੂਰੀ ਆ ਪ੍ਰਸ਼ਨ ਯਾਦ ਰੱਖਣਾ ਠੀਕ ਹੈ ਨਪੋਲੀਅਨ ਦੀ ਮੌਤ ਹੋਈ ਇਹ ਪ੍ਰਸ਼ਨ ਪੁੱਛਿਆ ਹੀ ਜਾਂਦਾ तकरीबन ਜਦੋਂ ਫਰਾਂਸ ਦੀ ਕ੍ਰਾਂਤੀ ਉੱਪਰ ਪਰੇਸ਼ਨ ਆਉਂਦਾ 1821 ਦੇ ਵਿੱਚ ਨਪੋਲੀਅਨ ਦੀ ਜਿਹੜੀ ਮੌਤ ਹੋ ਗਈ ਸੀ ਨਪੋਲੀਅਨ ਦੇ ਪਤਨ ਦਾ ਕੀ ਕਾਰਨ ਸੀ ਫਰਾਂਸ ਦੇ ਉੱਪਰ ਹਮਲਾ ਕਰਨਾ ਹੀ ਇਸ ਦਾ ਜਿਹੜਾ ਪਤਨ ਦਾ ਕਾਰਨ ਬਣਿਆ ਠੀਕ ਹੈ ਅੱਗੇ ਹੈ ਨਪੋਲੀਅਨ ਨੇ ਡਾਇਰੈਕਟਰੀ ਦੇ ਸ਼ਾਸਨ ਦਾ ਅੰਤ ਕਦੋਂ ਕੀਤਾ ਇਹ ਪ੍ਰਸ਼ਨ ਦੁਬਾਰਾ ਫਿਰ ਕਰ ਰਹੇ ਹਾਂ 1799 ਦੇ ਵਿੱਚ ਕੀਤਾ ਸੀ ਠੀਕ ਹੈ ਟੈਨਸਕੋਟ ਦੀ ਸੌ ਦਾ ਸਬੰਧ ਹੈ ਟੈਨਸਕੋਟ ਦੀ ਜਿਹੜੀ ਸ਼ਬਦ ਸੀ ਉਸ ਦਾ ਸਬੰਧ ਸੀ ਫਰਾਂਸ ਦੀ ਕ੍ਰਾਂਤੀ ਦੇ ਨਾਲ ਇਹ ਸ਼ਬਦ ਯਾਦ ਰੱਖਣਾ ਠੀਕ ਹੈ ਰੂਸ ਦੇ ਨਾਲ ਨਾ ਉਲਝਾ ਲੈਣਾ ਫਰਾਂਸ ਦੇ ਨਾਲ ਸਬੰਧਤ ਸੀ ਟੈਨਸਕੋਟ ਦੀ ਸੌ 1760 ਵਾਂਡੀਵਾਸ਼ ਦੇ ਯੁੱਧ ਵਿੱਚ ਅੰਗਰੇਜ਼ਾਂ ਨੇ ਕਿਸ ਨੂੰ ਹਰਾਇਆ ਅੰਗਰੇਜ਼ਾਂ ਨੇ ਫਰਾਂਸੀਸੀਆਂ ਨੂੰ ਵਾਂਡੀਵਾਸ਼ ਦੇ ਯੁੱਧ ਵਿੱਚ ਹਰਾ ਦਿੱਤਾ ਸੀ ਇਹ ਵਾਂਡੀਵਾਸ਼ ਦਾ ਜਿਹੜਾ ਯੁੱਧ ਹੈ ਪੁੱਛਿਆ ਜਾ ਸਕਦਾ 1760 ਦੇ ਵਿੱਚ ਹੋਇਆ लुई 14ਵੇਂ ਨੇ ਆਪਣੀ ਰਾਜਧਾਨੀ ਬਣਾਈ ਵਰਸਾਈ ਬਣਾਈ ਸੀ ਫਿਰ ਇਹ ਵਿਰੋਧਨ ਦੁਆਰਾ ਤੋਂ ਆਪਾਂ ਕਰ ਰਹੇ ਹਾਂ ਅਗਲੀਆਂ ਲੈਣਾ ਯਾਦ ਰੱਖਣਾ ਇਨਸਾਨ ਆਯਾਦ ਪੈਦਾ ਹੋ ਕੇ ਵੀ ਜੰਜੀਰਾਂ ਵਿੱਚ ਜਕੜਿਆ ਹੋਇਆ ਹੈ ਇਹ ਰੂਸ ਹੋ ਸੀ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਗੱਲਾਂ ਸੀ ਬਹੁਤ ਵੱਡੇ ਵੱਡੇ ਅਰਥ ਰੱਖਦੀਆਂ ਸੀ ਫਰਾਂਸ ਦੇ ਲੋਕ ਜਾਗਰੂਕ ਹੋਏ ਤੇ ਰਾਜਿਆਂ ਦੇ ਵਿਰੋਧਾ ਜਿਹੜਾ ਆਵਾਜ਼ ਉਠਾਈ ਅੱਗੇ ਹੈ ਫਰਾਂਸ ਦੀ ਰਾਜ ਕ੍ਰਾਂਤੀ ਕਿਸ ਦੇ ਸ਼ਾਸਨ ਕਾਲ ਵਿੱਚ ਹੋਈ लुई 16ਵੇਂ ਇਸ ਨੂੰ ਨਾ ਭੁੱਲੇ ਜਾਣਾ ਠੀਕ ਹੈ लुई 16ਵੇਂ ਦੇ ਸਮੇਂ ਹੋਈ ਸੀ ਫਰਾਂਸ ਦੀ ਕ੍ਰਾਂਤੀ ਕ੍ਰਾਂਤੀ ਦਾ ਪੁੱਤਰ ਮੰਨਿਆ ਜਾਂਦਾ ਹੈ ਨਪੋਲੀਅਨ ਬੋਨਾਪਾਰਟ ਨੂੰ। ਕ੍ਰਾਂਤੀ ਦਾ ਪੁੱਤਰ ਕਿਹਾ ਜਾਂਦਾ ਠੀਕ ਹੈ। ਅੱਗੇ ਹੈ ਲੋਈ 16ਵਾਂ ਦੀ ਹੱਤਿਆ ਕਦੋਂ ਹੋਈ? ਲੋਈ 16ਵਾਂ ਇਸ ਦੀ ਹੱਤਿਆ ਹੋਈ 21 ਜਨਵਰੀ 1793 ਦੇ ਵਿੱਚ। ਟੀਤ ਕਰ ਕਿਸਾਨ ਦਿੰਦੇ ਸਨ ਚਰਚ ਨੂੰ। ਟੀਤ ਦਸਮਾ ਹਿੱਸਾ ਜਿਹੜਾ ਹੁੰਦਾ ਠੀਕ ਹੈ। ਦਸ਼ਮਾਸ। ਦਸਮਾਸ ਵੀ ਕਿਹਾ ਜਾਂਦਾ ਇਸ ਤਰ੍ਹਾਂ ਵੀ ਲਿਖਿਆ ਸਕਦਾ ਟੀਤ ਚਰਚ ਨੂੰ ਕਰ ਦੇਣਾ ਪੈਂਦਾ ਸੀ ਕਿਸਾਨਾਂ ਨੂੰ ਠੀਕ ਹੈ। ਅੱਗੇ ਹੈ ਮੈਨ ਟਾਇਰ ਕਿਹਾ ਜਾਂਦਾ ਸੀ ਮੁਜਾਰਿਆਂ ਨੂੰ ਮੈਨ ਟਾਇਰ ਕਿਹਾ ਜਾਂਦਾ ਸੀ ਠੀਕ ਹੈ ਯਾਦ ਰੱਖਣਾ ਮੁਜਾਰਿਆਂ ਨੂੰ ਕਿਹਾ ਜਾਂਦਾ ਸੀ ਚਰਚ ਦਾ ਵੱਡਾ ਪੁੱਤਰ ਜੇਸਟ ਜੇਸਟ ਪੁੱਤਰ ਅਖਵਾਉਂਦਾ ਸੀ ਆਪਣੇ ਆਪ ਨੂੰ ਚਰਚ ਦਾ ਪੁੱਤਰ ਆਪਾਂ ਕ੍ਰਾਂਤੀ ਦਾ ਪੁੱਤਰ ਨਪੋਲੀਅਨ ਕੀਤਾ ਇੱਥੇ ਚਰਚ ਦੇ ਪੁੱਤਰ ਦੀ ਗੱਲ ਹੋ ਰਹੀ ਹੈ ਇਹ ਲੂਈਸ 16 ਆਪਣੇ ਆਪ ਨੂੰ ਅਖਵਾਉਂਦਾ ਸੀ ਕਿ ਮੈਂ ਵੱਡਾ ਜੇਸਟ ਹਾਂ ਠੀਕ ਹੈ ਅੱਗੇ ਹੈ ਫਰਾਂਸ ਦੀ ਕ੍ਰਾਂਤੀ ਪਰਿਮਾਨ ਸੀ ਕਿਹੜੀ ਚੀਜ਼ ਦਾ ਸੀ ਪਰਿਮਾਨ ਸੰਮਤਵਾਦ ਸੰਮਤਵਾਦ ਕਰਕੇ ਹੀ ਜਿਹੜੀ ਕ੍ਰਾਂਤੀ ਉੱਠੀ ਆ ਜੇਕਰ ਇਹ ਚੀਜ਼ਾਂ ਹੁੰਦੀਆਂ ਫਿਰ ਕ੍ਰਾਂਤੀ ਨਹੀਂ ਹੋਣੀ ਸੀ ਸੰਮਤਵਾਦ ਹੀ ਇੱਕ ਕਾਰਨ ਬਣਿਆ ਫਰਾਂਸ ਦੀ ਕ੍ਰਾਂਤੀ ਦਾ ਜਿਸ ਨੂੰ ਨਿਰਕੋਸ਼ ਰਾਜਤੰਤਰ ਆਪਾਂ ਕਹਿ ਸਕਦੇ ਹਾਂ ਫਰਾਂਸ ਵਿੱਚ ਅੰਕਤ ਅੰਤਕ ਦਾ ਰਾਜ ਸਥਾਪਿਤ ਕੀਤਾ ਜਾਕੋਬਿਨ ਦਲ ਨੇ ਕੀਤਾ ਸੀ ਠੀਕ ਹੈ ਅੰਤਕੀ ਰਾਜ ਜਾਕੋਬਿਨ ਦਾਸ ਨੇ ਅੱਗੇ ਹੈ ਕਾਨੂੰਨ ਦੀ ਆਤਮਾ ਦਾ ਲੇਖਕ ਹੈ ਕਾਨੂੰਨ ਦੀ ਆਤਮਾ ਵਾਲ ਤੇ ਰ ਕਾਨੂੰਨ ਦੀ ਆਤਮਾ ਦਾ ਲੇਖਕ ਮੈਂ ਫਰਾਂਸ ਹਾਂ ਮੇਰੀ ਇੱਛਾ ਹੀ ਕਾਨੂੰਨ ਹੈ ਇਹ ਕਿਸ ਨੇ ਕਿਹਾ ਸੀ ਲੁਈ 16ਵੇਂ ਨੇ ਕਿਹਾ ਸੀ ਮੇਰੀ ਇੱਛਾ ਹੀ ਕਾਨੂੰਨ ਹੈ ਲੁਈ 16ਵੇਂ ਆ ਕਿ ਜੋ ਮੈਂ ਚਾਹਣਾ ਉਹੀ ਹੋਵੇਗਾ ਠੀਕ ਹੈ ਜਿਵੇਂ ਦੱਖਣੀ ਕੋਰੀਏ ਦੇ ਵਿੱਚ ਹੋ ਰਿਹਾ ਹੈ ਅੱਜਕੱਲ ਅੱਗੇ ਹੈ ਸੋਸ਼ਲ ਕੰਟਰੈਕਟ ਸਮਾਜਿਕ ਸਮਝੌਤਾ ਦਾ ਲੇਖਕ ਹੈ ਆਪਾਂ ਯਾਦ ਕੀਤਾ ਕੌਣ ਹੈ ਰੂਸੋ ਹੈ ਇਸ ਦਾ ਲੇਖਕ ਰੂਸੋ ਬਿਨਾ ਫਰਾਂਸ ਦੀ ਕ੍ਰਾਂਤੀ ਅਸੰਭਵ ਸੀ ਕਿਸ ਨੇ ਕਿਹਾ ਨਪੋਲੀਅਨ ਨੇ ਕਿਹਾ ਕਿ ਰੂਸੋ ਨਾ ਹੁੰਦਾ ਤੇ ਰੂਸੋ ਦੀਆਂ ਜਿਹੜੀਆਂ ਲਿਖਤਾਂ ਸੀ ਉਹਨਾਂ ਨੇ ਹੀ ਇੱਕ ਜਿਹੜੀ ਕ੍ਰਾਂਤੀ ਆ ਸੰਭਵ ਕੀਤੀ ਹੈ ਇਹ ਨਪੋਲੀਅਨ ਦੇ ਸ਼ਬਦ ਹੈ ਇਹ ਯਾਦ ਰੱਖਣਾ ਵੀ ਇਹ ਨਾ ਭੁੱਲ ਜਾਣਾ ਅੱਗੇ ਹੈ ਕ੍ਰਾਂਤੀ ਦੀ ਬਾਈਬਲ ਕਿਹਾ ਜਾਂਦਾ ਹੈ ਰੂਸੋ ਦੀ ਜਿਹੜੀ ਕਿਤਾਬ ਹੈ ਸੋਸ਼ਲ ਕੰਟਰੈਕਟ ਸਮਾਜਿਕ ਸਮਝੌਤਾ ਉਸ ਨੂੰ ਕਿਹਾ ਜਾਂਦਾ ਹੈ ਕ੍ਰਾਂਤੀ ਦੀ ਬਾਈਬਲ ਕਿਹੜੀ ਕ੍ਰਾਂਤੀ ਫਰਾਂਸ ਦੀ ਕ੍ਰਾਂਤੀ ਦੀ ਬਾਈਬਲ ਫਰਾਂਸ ਦੀ ਰਾਸ਼ਟਰੀ ਸੇਵਕ ਸੈਨਾ ਦਾ ਸੈਨਾਪਤੀ ਕੌਣ ਸੀ ਸੇਵਕ ਰਾਸ਼ਟਰੀ ਸੇਵਕ ਦਾ ਸੈਨਾਪਤੀ ਸੀ ਜੋ ਵਾਲਟੇਅਰ ਸੀ ਜਿਸ ਨੂੰ ਵਾਲਟੇਅਰ ਵੀ ਲਿਖਿਆ ਮਿਲਦਾ ਬਹੁਤ ਜਗ੍ਹਾ ਇਹ ਯਾਦ ਰੱਖਣਾ ਇਹ ਪ੍ਰਸ਼ਨ ਆ ਰਾਸ਼ਟਰੀ ਸੇਵਕ ਸੈਨਾ ਦਾ ਸੈਨਾਪਤੀ ਅੱਗੇ ਆ ਫਰਾਂਸ ਦੀ ਕ੍ਰਾਂਤੀ ਸਮੇਂ ਸ਼ਾਸਕ ਸੀ ਲੁਈ 16ਵਾਂ ਫੇਰ ਮੈਂ ਤੀਸਰੀ ਵਾਰ ਯਾਦ ਕਰਵਾ ਰਿਹਾ ਤੁਹਾਡੇ ਫਰਾਂਸ ਦੀ ਕ੍ਰਾਂਤੀ ਸਮੇਂ ਸ਼ਾਸਕ ਸੀ ਲੁਈ 16ਵਾਂ ਇਹ ਪ੍ਰਸ਼ਨ ਬਹੁਤ ਵਾਰ ਆਉਂਦਾ ਪੇਪਰਾਂ ਦੇ ਵਿੱਚ ਮੇਰੀ ਇੰਤਿਆ ਨੇਤ ਪਤਨੀ ਸੀ ਇਸ ਤਰ੍ਹਾਂ ਨਾਮ ਵੀ ਲਿਖਿਆ ਆ ਸਕਦਾ ਠੀਕ ਹੈ ਮੇਰੀ ਇੰਤਿਆਹ ਨੇਤ ਲੁਈ 16ਵਾਂ ਦੀ ਪਤਨੀ ਸੀ ਜਿਸ ਬਾਰੇ ਆਪਾਂ ਪੜ ਚੁੱਕੇ ਹਾਂ ਅੱਗੇ ਹੈ ਫਰਾਂਸ ਦੀ ਕ੍ਰਾਂਤੀ ਨੂੰ ਕਿਸ ਰੂਪ ਵਿੱਚ ਵੇਖਿਆ ਜਾ ਸਕਦਾ ਇਹ ਬੁਰਜੂਆ ਕ੍ਰਾਂਤੀ ਸੀ ਠੀਕ ਹੈ ਇਹ ਯਾਦ ਰੱਖਣਾ ਬੁਰਜੂਆ ਕ੍ਰਾਂਤੀ ਅੱਗੇ ਹੈ ਫਰਾਂਸ ਦੀ ਕ੍ਰਾਂਤੀ ਦਾ ਨਾਰਾ ਸੀ ਇਹ ਤਿੰਨੇ ਚੀਜ਼ਾਂ ਹੀ ਸੀ ਜੋ ਪੂਰੀ ਦੁਨੀਆ ਨੂੰ ਦਿੱਤੀਆਂ ਸਤੰਤਰਤਾ ਸਮਾਨਤਾ ਬੰਦੂਤਵ ਪੰਦੂਤਾਵ ਪ੍ਰਾਤਰੀ ਭਾਵ ਅੱਗੇ ਹੈ ਨਪੋਲੀਅਨ ਨੇ ਆਪਣੇ ਆਪ ਨੂੰ ਸਮਰਾਟ ਕਦੋਂ ਘੋਸ਼ਿਤ ਕੀਤਾ 1804 ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸਮਰਾਟ ਘੋਸ਼ਿਤ ਕਰ ਦਿੱਤਾ ਸੀ ਨਪੋਲੀਅਨ ਨੇ ਡਾਇਰੈਕਟਰੀ ਦੇ ਸ਼ਾਸਨ ਦਾ ਅੰਤ ਕਦੋਂ ਕੀਤਾ ਚੌਥੀ ਵਾਰ ਪ੍ਰੇਸ਼ਨ ਕਰਵਾ ਰਿਹਾ 1799 ਦੇ ਵਿੱਚ ਆਪਸ਼ਨ ਨਾਲ ਵੀ ਕਰਵਾ ਦਿੱਤਾ ਵੈਸੇ ਵੀ ਕਰਵਾ ਦਿੱਤਾ ਹੁਣ ਤੁਸੀਂ ਨਹੀਂ ਭੁੱਲੋਗੇ ਠੀਕ ਹੈ ਕ੍ਰਾਂਤੀ ਤੋਂ ਬਾਅਦ ਫਰਾਂਸ ਦੀ ਰਾਸ਼ਟਰੀ ਭਾਸ਼ਾ ਕਿਹੜੀ ਬਣੀ ਫਰੈਂਚ ਬਣੀ ਸੀ ਠੀਕ ਹੈ ਕ੍ਰਾਂਤੀ ਤੋਂ ਪਹਿਲਾਂ ਚਰਚ ਉਤੇ ਕਿਸ ਦਾ ਅਧਿਕਾਰ ਸੀ ਰੋਮ ਦੇ ਪਾਪ ਦਾ ਅਧਿਕਾਰ ਸੀ ਇਹ ਪ੍ਰਸ਼ਨ ਬਹੁਤ ਵਾਰ ਆਇਆ ਪੇਪਰਾਂ ਦੇ ਵਿੱਚ ਠੀਕ ਹੈ ਸੀਟੈਟ ਦੇ ਵਿੱਚ ਬਹੁਤ ਜ਼ਿਆਦਾ ਇਹ ਪ੍ਰਸ਼ਨ ਜਿਹੜਾ ਆਉਂਦਾ ਰਿਹਾ ਹੈ ਕ੍ਰਾਂਤੀ ਤੋਂ ਪਹਿਲਾਂ ਚਰਚ ਉਤੇ ਰੋਮ ਦੇ ਪਾਪ ਦਾ ਸਬੰਧ ਸੀ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਕਿ ਪਾਪ ਦਾ ਸਬੰਧ ਕਿਹੜੇ ਦੇਸ਼ ਨਾਲ ਸੀ ਰੋਮ ਦੇ ਨਾਲ ਕ੍ਰਾਂਤੀ ਤੋਂ ਬਾਅਦ ਚਰਚ ਕਿਸ ਦੇ ਅਧੀਨ ਲਿਆਂਦੀ ਗਈ ਜਦੋਂ ਕ੍ਰਾਂਤੀ ਆ ਗਈ ਬਾਅਦ ਵਿੱਚ ਇਸ ਨੂੰ ਰਾਜ ਦੇ ਅਧੀਨ ਕਰ ਦਿੱਤਾ ਗਿਆ ਸੀ ਗਿਆਨ ਕੋਚ ਇਨਸਾਈਕਲੋਪੀਡੀਆ ਦਾ ਪ੍ਰਕਾਸ਼ਨ ਕੀਤਾ ਦਿਦਰੋ ਨੇ ਕੀਤਾ ਇਹ ਵੀ ਫਰਾਂਸ ਦੀ ਕ੍ਰਾਂਤੀ ਵੇਲੇ ਦਾ ਜਿਹੜਾ ਲੇਖਕ ਹੈ ਦਿਦਰੋ ਅੱਗੇ ਹੈ ਬਾਸਟਿਲ ਜਾਂ ਬਾਸਟਿਲ ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋ ਸਕਦਾ ਬਾਸਟਿਲ ਕੀ ਹੈ ਇਹ ਜੇਲ ਹੈ ਜਿਹੜੀ ਲੋਕਾਂ ਨੇ ਤੋੜ ਦਿੱਤੀ ਸੀ ਕਾਰਾਗਾਹ ਤੋੜ ਕੇ ਕੈਦੀਆਂ ਨੂੰ ਰਿਹਾ ਕਰਵਾਇਆ ਸੀ ਅੱਗੇ ਹੈ ਫਰਾਂਸ ਦੀ ਕ੍ਰਾਂਤੀ ਦੀ ਤਰੀਖ ਹੈ 14 ਜੁਲਾਈ 1793 ਫ੍ਰਾਂਸ ਦੀ ਕ੍ਰਾਂਤੀ ਜਦੋਂ ਹੋਈ 14 ਜੁਲਾਈ 1789 ਦੇ ਵਿੱਚ ਹੋਈ ਲੁਈ 14ਵਾਂ 16ਵਾਂ ਸੀ ਇਹ ਕੌਣ ਸੀਗੇ ਫ੍ਰਾਂਸ ਦੇ ਰਾਜੇ ਸੀ ਨਿਰਕੁਸ਼ ਰਾਜੇ ਵੀ ਲਿਖਿਆ ਆ ਸਕਦਾ 10 ਮਾਸ ਤੀਤ ਇਹ ਇੱਕ ਟੈਕਸ ਸੀ ਅੱਗੇ ਹੈ ਟੇਲਲ ਟੇਲਲ ਕੀ ਸੀ ਰਾਜ ਨੂੰ ਦਿੱਤਾ ਜਾਣ ਵਾਲਾ ਕਰ ਸੀ ਬਹੁਤ ਜ਼ਿਆਦਾ ਕਰ ਸੀ ਕਿਸਾਨਾਂ ਦੇ ਉੱਪਰ ਬਾਕੀ ਜਿਹੜੇ ਚਰਚ ਵਾਲੇ ਸੀ ਜਿਹੜੇ ਅਮੀਰ ਸੀ ਕਲੀਨ ਵਰਗ ਸੀ ਉਹਨਾਂ ਉੱਪਰ ਕੋਈ ਬੋਝ ਨਹੀਂ ਸੀ ਕਿਸਾਨਾਂ ਦੇ ਉੱਪਰ ਹੀ ਬੋਝ ਸੀ ਅੱਗੇ ਹੈ 1799 ਫਰਾਂਸ ਦੀ ਕ੍ਰਾਂਤੀ ਸਮੇਂ ਫਰਾਂਸ ਦੀ ਜਨਸੰਖਿਆ ਕਿੰਨੀ ਸੀ 28 ਮਿਲੀਅਨ ਦੇ ਲਗਭਗ ਜਿਹੜੀ ਫਰਾਂਸ ਦੀ ਜਨਸੰਖਿਆ ਸੀ ਅੱਗੇ ਹੈ ਜੇ ਜੇ ਰੂਸੀਆ ਕੌਣ ਸੀ ਪੂਰਾ ਨਾਮ ਯਾਦ ਹੋਣਾ ਚਾਹੀਦਾ ਤੁਹਾਨੂੰ ਰੂਸੋ ਦਾ ਪੂਰਾ ਨਾਮ ਯਾਦ ਰੱਖਣਾ ਇਹ ਪੁੱਛੇ ਜਾਂਦੇ ਆ ਠੀਕ ਹੈ ਜੀਨ ਜੋਕੈਸ ਰੂਸੀਓ ਜੀਨ ਜੋਕ ਵੀ ਲਿਖਿਆ ਹੋ ਸਕਦਾ ਜੀਨ ਜੋਕ ਰੂਸੋ ਜੀਨ ਜੈਕੂਐਸ ਰੂਸੀਓ ਠੀਕ ਹੈ ਦਾਰਸ਼ਨਿਕ ਸੀਗਾ ਰੋਮਾਂਸਵਾਦੀ ਇਹ ਸੀਗਾ ਠੀਕ ਹੈ ਰੋਮਾਂਸਵਾਦ ਦੇ ਨਾਲ ਸੰਬੰਧਤ ਹੈ ਰੂਸੋ ਫਰਾਂਸ ਵਿੱਚ ਕ੍ਰਾਂਤੀ ਇਸ ਦੇ ਵਿਚਾਰਾਂ ਕਿਤਾਬਾਂ ਦੀ ਦੇਣ ਮੰਨੀ ਜਾਂਦੀ ਹੈ ਸਮਾਜਿਕ ਸਮਝੌਤਾ ਇਸ ਦੀ ਜੋ ਕਿਤਾਬ ਹੈ ਭੁੱਲ ਨਾ ਜਾਣਾ ਸਾਡਾ ਅਗਲਾ ਪ੍ਰਸ਼ਨ ਹੈ ਰੂਸੋ ਦੀ ਰਚਨਾ ਹੈ ਇਹ ਸਾਰੀਆਂ ਹੀ ਕਿਤਾਬਾਂ ਜਿਹੜੀਆਂ ਸੋਸ਼ਲ ਕੰਟਰੈਕਟ ਸਮਾਜਿਕ ਸਮਝੌਤਾ ਜਾਂ ਇਕਨੋਮੀ ਪੋਲਿਟਿਕ ਅਗੇ ਹੈ ਡਿਸਕੋਰਸ ਆਫ ਦੀ origin ਆਫ ਇਨ ਇਕਵੈਲਟੀ ਇਹ ਯਾਦ ਰੱਖਣਾ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਇਹ ਰੂਸੋ ਦੀਆਂ ਸੋਸ਼ਲ ਕੰਟਰੈਕਟ ਸਮਾਜਿਕ ਸਮਝੌਤਾ ਇਕਨੋਮੀ ਪੋਲਿਟਿਕ ਡਿਸਕੋਰਸ ਆਫ ਦੀ origin ਆਫ ਇਨ ਇਕਵੈਲਟੀ ਅੱਗੇ ਹੈ ਰੂਸੋ ਦਾ ਸਮਾਂਕਾਲ ਰੂਸੋ ਨਾਲ ਸੰਬੰਧਿਤ ਯਾਦ ਰੱਖ ਲਵੋ ਰੂਸੋ ਦਾ ਜੀਵਨ ਕਾਲ ਤੁਹਾਨੂੰ ਪਤਾ ਹੋਵੇ 28 ਜੂਨ 1712 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਇਹਨਾਂ ਦਾ ਪੂਰਾ ਨਾਮ ਹੈ ਜੀਨ ਜਾਕਸ ਰੂਸੋ ਵੀ ਕਿਹਾ ਜਾਂਦਾ ਹੈ 2 ਜੁਲਾਈ 1778 ਦੇ ਵਿੱਚ ਇਹਨਾਂ ਦੀ ਜੜੀ ਮੌਤ ਹੋ ਗਈ ਸੀ 1712 ਤੋਂ 1778 ਤੱਕ ਦਾ ਸਮਾਂ ਇਹ ਰੋਮਾਂਸਵਾਦੀ ਸੀਗੇ ਠੀਕ ਹੈ ਫਰਾਂਸ ਦੇ ਚਿੰਤਕ ਸੀ ਲੇਖਕ ਸੀ ਦਾਰਸ਼ਨਿਕ ਲੇਖਕ ਸੀ ਫਿਲਾਸਫਰ ਸੀ ਅੱਗੇ ਹੈ ਸਰਕਾਰ ਦੇ ਦੋ ਰਾਜ ਦਾ ਲੇਖਕ ਹੈ ਮਾਂਟੈਨਸਿਓ ਸਰਕਾਰ ਦੇ ਦੋ ਰਾਜ ਇਸ ਦਾ ਲੇਖਕ ਹੈ ਮਾਂਟੈਨਸਕਿਊ ਕਿਨੇ ਵੀ ਲਿਖਿਆ ਹੋ ਸਕਦਾ ਉੱਤੇ ਠੀਕ ਹੈ ਰਾਜਿਆਂ ਦੇ दैवी ਅਧਿਕਾਰਾਂ ਦਾ ਵਿਰੋਧ ਕਿਸ ਨੇ ਕੀਤਾ ਮਾਂਟੈਨਸਿਓ ਨੇ ਕੀਤਾ ਸੀ ਠੀਕ ਹੈ ਰਾਜਿਆਂ ਨੂੰ ਜਿਹੜੇ ਨਿਰਕੁਸ਼ ਰਾਜੇ ਸੀ ਕਿ ਉਹਨਾਂ ਨੂੰ ਇਹ ਜਿਹੜੇ ਅਧਿਕਾਰ ਆ ਉਸ ਦਾ ਵਿਰੋਧ ਕੀਤਾ ਸੀ ਅੱਗੇ ਹੈ ਲੁਈ 16ਵਾਂ ਉੱਤੇ આરોਪ ਸੀ ਦੇਸ਼ ਧਰੋਹ ਦਾ ਦੇਸ਼ ਨਾਲ ਗਦਾਰੀ ਕਰਨ ਦਾ ਜਿਹੜਾ આરોਪ ਲੱਗਿਆ ਸੀਗਾ ਲੋਈ 16 ਦੇ ਉੱਪਰ ਅੱਗੇ ਹੈ ਪਾਦਰੀਆਂ ਤੇ ਕਲੀਨ ਵਰਗ ਨੂੰ ਅਧਿਕਾਰ ਸੀ ਟੈਕਸ ਤੋਂ ਆਜ਼ਾਦੀ ਸੀ ਇਹਨਾਂ ਨੂੰ ਜਿਹੜੇ ਪਾਦਰੀ ਹੁੰਦੇ ਸੀ ਕਲੀਨ ਵਰਗ ਦੇ ਨਾਲ ਸਬੰਧਤ ਹੁੰਦੇ ਸੀ ਪਾਦਰੀ ਜਿਹੜੇ ਚਰਚ ਦੇ ਵਿੱਚ ਹੁੰਦੇ ਆ ਅੱਗੇ ਹੈ ਫਰਾਂਸ ਦੇ ਰਾਸ਼ਟਰੀ ਰੰਗ ਸਨ ਇਹ ਪ੍ਰਸ਼ਨ ਯਾਦ ਰੱਖਣਾ ਬਲੂ ਵਾਈਟ ਤੇ ਰੈੱਡ ਆਫ ਫਰਾਂਸ ਦੀ ਕ੍ਰਾਂਤੀ ਦੇ ਨਾਲ ਸਬੰਧਤ ਹੈ ਨੀਲਾ ਚਿੱਟਾ ਲਾਲ ਇਹ ਝੰਡਾ ਵੀ ਉਸ ਦੇ ਵਿੱਚ ਵੀ ਇਹ ਰੰਗ ਸੀ ਠੀਕ ਆ ਫਰਾਂਸ ਦੀ ਕ੍ਰਾਂਤੀ ਦੇ ਰੰਗ ਨੀਲਾ ਚਿੱਟਾ ਲਾਲ ਇਹ ਯਾਦ ਰੱਖਣਾ ਤੁਸੀਂ ਅੱਗੇ ਹੈ ਨਪੋਲੀਅਨ ਦੇ ਉਦੇ ਦਾ ਕਾਰਨ ਸੀ ਰਾਜਨੀਤਿਕ ਅਸਥਿਰਤਾ ਨਪੋਲੀਅਨ ਇੱਕਦਮ ਕਾਮਯਾਬ ਹੋਇਆ ਕਿਉਂ ਹੋਇਆ ਕਿਉਂਕਿ ਰਾਜਨੀਤਿਕ ਜਿਹੜੀ ਅਸਥਿਰਤਾ ਬਹੁਤ ਜ਼ਿਆਦਾ ਫੈਲੀ ਹੋਈ ਸੀ ਅੱਗੇ ਹੈ ਮਾਂਟੈਨਸਿਊ ਦਾ ਸਮਾਂਕਾਲ ਹੈ 1699 ਤੋਂ 1755 ਤੱਕ ਇਹ ਜਿਹੜਾ ਮਾਂਟੈਨਸਕਿਊ ਦਾ ਸਮਰ ਠੀਕ ਹੈ ਰੂਸੋ ਦਾ ਯਾਦ ਰੱਖਣਾ ਉਹ ਜ਼ਿਆਦਾ ਜ਼ਰੂਰੀ ਆ ਇਹ ਵੀ ਰਾਜਨੀਤਿਕ ਵਿਚਾਰੇ ਸੀਗੇ ਵਿਚਾਰਕ ਸੀਗੇ ਰਾਜਨੀਤੀ ਉੱਪਰ ਇਹ ਲੇਖ ਲਿਖਦੇ ਹੁੰਦੇ ਸੀ ਠੀਕ ਹੈ ਰੋਮਨ ਦੇ ਜਿਹੜੇ ਲੋਕ ਸੀ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਲੇਖ ਲਿਖੇ ਸੀ ਕਿ ਕਿਵੇਂ ਇਹਨਾਂ ਲੋਕਾਂ ਦਾ ਉਥਾਨ ਹੋਇਆ ਕਿਵੇਂ ਇਹਨਾਂ ਲੋਕਾਂ ਦਾ ਪਤਨ ਹੋਇਆ ਤੇ ਇਹਨਾਂ ਦੇ ਜਿਹੜੇ ਲੇਖ ਸੀਗੇ ਇਹਨਾਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕੀਤਾ ਸੀ ਇਹ ਸੀ ਕਿ ਸਾਡੇ ਫਰਾਂਸ ਦੀ ਕ੍ਰਾਂਤੀ ਨਾਲ ਸੰਬੰਧਿਤ ਪ੍ਰਸ਼ਨ ਚੈਨਲ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਵੀਡੀਓ ਆ ਅੱਗੇ ਆਪਾਂ ਕਰਾਂਗੇ ਠੀਕ ਆ ਰੂਸ ਚੀਨ ਦੀ ਕ੍ਰਾਂਤੀ ਹੋਰ ਵੀ ਜਿਹੜੇ ਵਿਸ਼ੇ ਵਾਂ ਧਿਆਨ ਦੇਣਾ ਸੰਬੰਧਤ ਜਿਹੜੇ ਪ੍ਰਸ਼ਨਾਂ ਜੁੜੇ ਰਹੋ ਸਾਗੂ এডੂਕੇਸ਼ਨ ਦੇ ਨਾਲ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ